Mañana. Ay,
ਅੰਦਰ ਚੱਲ ਰਿਹਾ ਘਰ ਰਹੋ ਬਾਹਰ ਨਹੀਂ ਗਏ ਕਰਦੇ ਸਨ ਆਪਣੇ ਕਵੀਆਂ ਨੂੰ ਏਡਾ ਸਤਿਕਾਰ ਸੀ ਆਓ
ਅੱਜ ਆਪਾਂ ਵੀ ਇਹਨਾਂ ਕਮੀਆਂ ਦਾ ਢਾਡੀਆਂ ਦਾ ਸਤਿਕਾਰ ਕਰੀਏ, ਕਿਉਂਕਿ ਬਾਡਿਆਂ ਵਾਲੇ ਗੁਰੂ ਨੇ ਡਿਊਟੀ ਲਾਈ ਹੈ ਆਪਣੇ ਖਾਲਸੇ ਦੀ। ਪੇਸ਼ ਹੈ ਇਸ ਸਟੇਜ ਤੋਂ ਬਾਡਿਆਂ ਵਾਲੇ ਸਤਿਗੁਰੂ ਪਾਤਸ਼ਾਹ ਦੇ ਪਰੋ ਸਾਹਿਬ ਹੋਏ ਕਵੀ ਸਾਹਿਬਾਨ ਤੋਂ ਅੱਜ ਸੰਗਤਾਂ ਨੂੰ ਕਵਿਤਾ ਸੁਣਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਬਦੇ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਜੋ ਲੰਗਰ ਦੀ ਸੇਵਾ ਨੇ ਉਹ ਸਮਰਪਣ ਕਰਨੀ ਪੈਣੀ ਹੈ, ਜਿੰਨੀ ਤਾਂ ਸੰਗਤ ਇੱਥੇ ਖੜੀ ਰਹਿਣੀ ਹੈ। ਇਸ ਕਰਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਲੰਗਰ ਪਾਣੀ ਛਕ ਲਿਆ, ਕੋਸ਼ਿਸ਼ ਕਰੋ ਆਪਾਂ ਪਾਲਕੀ ਸਾਹਿਬ ਦੇ ਪਿੱਛੇ ਜੁੜੀਏ, ਨਗਰ ਕੀਰਤਨ ਦਾ ਅਧਿਕਸ਼ ਬਣਾਈਏ। ਬਾਕੀ ਪ੍ਰਫੋ ਸਾਹਿਬ ਬੰਦੋਵਾਲ ਸਾਹਿਬ ਦਾ ਜਥੇਦਾਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਜਸ਼ੀਲੀਆਂ ਜਸ਼ੀਲੇ ਬੋਲ ਜਸ਼ੀਲੇ ਬਾਰੇ ਸੁਣਾ ਕੇ ਤੁਹਾਨੂੰ ਝੰਝੋੜਿਆ ਹੈ। ਕੌਮ ਇਨਸਾਨ ਮੰਗਦੀ ਹੈ, ਸਿੱਖ ਕੌਮ ਆਪਣਾ ਹੱਕ ਮੰਗਦੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਤੋਂ ਬਾਅਦ ਪੰਜਾਬੀ ਦੀਆਂ ਕਲਾਸਾਂ ਲੈਂਦੇ ਆ,
ਸਿਰਫ ਉਹਨਾਂ ਵਾਸਤੇ 2 ਮਿੰਟ ਤੁਸੀਂ ਲੰਗਰ ਤੋਂ ਧਿਆਨ ਛੱਡ ਕੇ ਇੱਧਰ ਦੇ ਲਿਓ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ। ਤੇ ਬਦਕਿਸਮਤ ਹੀ ਹੈਗੀ ਆ ਆਪਣੀ ਸਿੱਖ ਕੌਮ ਦੀ, ਸਿੱਖਾਂ ਦੇ ਘਰ ਦੇ ਵਿੱਚ ਹੀ ਬੱਚੇ ਜਨਮੇ ਹੋਣ ਤੇ ਪੰਜਾਬੀ ਬੋਲੀ ਲਈ ਉਹਨਾਂ ਨੂੰ ਸਕੂਲ ਭੇਜਿਆ ਜਾਣ ਲੱਗਾ ਹੋਵੇ। ਹਾਲਾਂਕਿ ਗੱਲ ਦੀ ਸੈਂਸ ਉਦੋਂ ਬਣਦੀ ਆ ਜਦੋਂ ਕੋਈ ਗੋਰੇ ਦਾ ਬੱਚਾ ਪੰਜਾਬੀ ਸਿੱਖਣ ਲਈ ਉਹ ਗੁਰਦੁਆਰਾ ਸਾਹਿਬ ਭੇਜੇ। ਇਹ ਮਾੜੇ ਕਰਮਾਂ ਦੀ ਨਿਸ਼ਾਨੀਆਂ ਵੀ, ਆਪਣੇ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਹੋਵੇ ਸਿੱਖਾਂ ਦੇ ਤਾਂ ਉਹਨੂੰ ਦੱਸਣਾ ਪਵੇ ਵੀ ਆਹ ਤੇਰੀ ਬੋਲੀ ਆ ਪੰਜਾਬੀ। ਤਾਂ ਬਦਕਿਸਮਤੀ ਹੈ ਕਿ ਕਮੇਟੀਆਂ ਦੀ ਵੀ ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਸਕੂਲ ਖੋਲੇ ਪੈਣਦੇ ਹੋਣ। ਸੋ ਤਾਂ ਕਰਕੇ ਮਾਪਿਆਂ ਨੂੰ ਬੇਨਤੀ ਹੈ, ਖਾਸ ਕਰਕੇ ਮਾਵਾਂ ਜ਼ਰੂਰ ਧਿਆਨ ਦਿਓ ਵੀ ਤੁਹਾਨੂੰ ਕਿੱਦਾਂ ਦਾ ਲੱਗੂਗਾ ਵੀ ਜੇਕਰ ਤੁਹਾਡੀ ਕੁੱਖ ਦੇ ਵਿੱਚੋਂ ਤੁਸੀਂ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਤੁਸੀਂ ਗਵਾਂਢੀਆਂ ਦੇ ਘਰ ਕਿਸੇ ਔਰਤ ਨੂੰ ਆਪਣੇ ਬੱਚੇ ਨੂੰ ਉਸ ਘਰ ਭੇਜੋ ਵੀ ਕੱਲ੍ਹ ਨੂੰ ਮੈਂ ਨਹੀਂ ਮਾਂ ਆ। ਕੇ ਤੋਂ ਸ਼ਪਾਲੀ ਮਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰਾਂ ਨੂੰ, ਸਾਰਿਆਂ ਨੂੰ ਬੇਨਤੀ ਆ, ਜਿਨ੍ਹਾਂ ਕੋਲ ਝੰਡੇ ਆ ਜਾਂ ਸਾਡੇ ਹੋਰ ਵਲੰਟੀਅਰ ਵੀਰ ਵਾ ਜਾਂ ਜਿਹੜੇ ਸਾਡੇ ਭੈਣਾਂ ਵੀਰ ਜਿਹੜੇ ਆਏ ਹੋਏ ਆ ਨਗਰ ਕੀਰਤਨ 'ਤੇ, ਸਭ ਆਪਾਂ ਸ਼ਹੀਦੀ ਫਲੋਰ ਦੇ ਪਿੱਛੇ ਤੁਰਨਾ ਆ, ਸਾਈਡਾਂ 'ਤੇ ਜਗ੍ਹਾ ਖਾਲੀ ਰੱਖਣੀ ਆ। ਸੋ ਬੇਨਤੀ ਆ, ਸਾਰੇ ਫਲੋਰ ਦੇ ਮਗਰ ਤੁਰਨਾ ਆ ਭੈਣਾਂ ਜਿਹੜੀਆਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
ਇੱਥੇ ਖੜ ਜਾ ਬਾਅਦ ਚੱਲਾਂਗੇ ਉਰੇ ਖੜ ਜਾ ਇੱਥੇ ਸਾਇਆ ਸੱਚਾ ਮਨ ਵਸਾਇਆ।
ਪੈਰ ਤੇ ਗਿਆ ਸੀ ਪਾਲੇ ਮੇਰੇ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਜ਼ਰੂਰ ਆਇਓ। ਬਾਬਾ ਜੀ ਕੁਝ ਕਹਿਣਾ? Thank you.
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਯੁੱਧ ਜੀਤੇ ਹੀ ਨਹੀਂ ਕਹਿੰਦੇ ਰੱਖੀ ਬਾ।
Yeah.
ਹੈ।